सत श्री अकाल जी। एक बार फिर तो अज की इस वीडियो दे विच अज की इस मुलाकात दे विच आपां तुहाडा करदे हां स्वागत। चैनल ते पहुंचण ते तुहाडा स्वागत है जी। कल दी वीडियो दे विच आपां तुहानू आह जिहड़ा चेले दा सी यानी शागिर्द दा मकबरा, शागिर्द दा जिहड़ा बनाया होया तौंब वो दिखाया। तो अज की इस वीडियो दे विच हुण आपां तुहानू लै चलांगे उस्ताद दे बनाए हुए तौंब दे विच। तो जिमें कल की वीडियो के दसया गया कि जेडे हुण इन्हां दे बनाए हुए मकबरे है इत्थे दोनों, यानी कि इन्हां दीआं कबरां, इन्हां नूं दफन इत्थे कीता होया। तो कहा एक धारणा यह भी चलती सी भी शर्त लगी सी इन्हां दे विच किहड़ा वधिया बनाऊगा उस समय। तो हुण आपां इह उस्ताद दे तौंब दे विच आ गए। मोटर दे उत्तों ही राह हुण सीधा राह, इहनूं है नहीं कोई। इह सामने जदों तुसीं बड़ेंगे इहदा रस्ता ही इदां दा गा। इह सामने बिल्कुल सामने जिहड़ी इह गुफा वल लै जू। जेकर तुसीं बाहरों गुफा च नहीं जाना तो खब्बे सज्जे चढ़ के उपर जा सकते हो। यह जाती है गुफा, आज आप देखिए किड्डी कित्थे तक लेके जाती है यह गुफा। पहले तो आपां नूं फिर यह गुफा बारे भी गल करांगे, आपां यह बने हुए मकबरे बारे भी गल करांगे। उन्ना टाइम तुसीं चैनल सबसक्राइब कर लो, मैं कर लां फोन की फ्लैश ऑन, नेरा बहुत ज़्यादा गा। तो चैनल सबसक्राइब कर लो जी, वीडियो नूं लाइक कमेंट कर दिओ नाल दी नाल, ते शेयर जरूर कर दिओ वीडियो नूं। ਇਹ ਗੁਫਾ ਕਹਿੰਦੇ ਹੈਗੇ ਉਸ ਸਮੇਂ ਜਿਹੜੀਆਂ ਮਸਜਿਦ ਤੱਕ ਜਾਂਦੀ ਹੁੰਦੀ ਸੀਗੀ। ਅਤੇ ਇਹ ਤੋਂ ਬਾਅਦ ਹੁਣ ਤਾਂ ਖੈਰ ਬੰਦ ਹੈਗਾ, ਨੰਗਾ ਇਹਦਾ ਰਾਹ ਬੰਦ ਕਰ ਦਿੱਤਾ ਗਿਆ ਹੈਗਾ। ਅਤੇ ਇੱਦਾਂ ਦੀ ਇਹ ਅੰਦਰੋਂ ਵੀ ਬਣੀ ਹੋਈ ਗੁਫਾ ਗਈ, ਇਹਦੇ ਥੱਲੇ ਵੀ ਇੱਕ ਦੇਖਣ ਨੂੰ ਤਾਂ ਐਂ ਜਿਹਾ ਲੱਗਦਾ ਜਿਵੇਂ ਕੋਈ ਕਮਰੇ ਦੋ ਬਣੇ ਹੁੰਦੇ ਆ। ਹੁਣ ਤਾਂ ਪਰ ਚਮ ਚਿੜਕਾਂ ਹੀ ਫਿਰਦੀਆਂ, ਤਾਂ ਆਪਾਂ ਮੁੜੇ ਆਉਂਦੇ ਹਾਂ। ਅਤੇ ਇੱਥੇ ਆਪਾਂ ਨੂੰ ਇਹ ਬਾਈ ਮਿਲੇ ਸੀਗੇ, ਇਹ ਹਰਿਆਣੇ ਤੋਂ ਨੇ, ਕੁਲਵੀਰ ਸਿੰਘ ਬਾਈ ਦਾ ਨਾਮ ਹੈਗਾ। ਅਤੇ ਇਹ ਵੀ ਇੱਧਰ ਦੇਖਣ ਆਏ ਹੋਏ ਸੀ। ਇਹ ਪਹਿਲਾਂ ਕਹਿੰਦੇ ਸੀ ਬਾਬਾ ਦੀਵਾਨ ਟੋਡਰਮੱਲ ਜੀ ਦੀ, ਸੋਰੀ ਟੋਡਰਮੱਲ ਜੀ ਦੀ ਜਿਹੜੀ ਜਹਾਜ਼ ਹਵੇਲੀ ਆ ਉਹ ਦੇਖਣ ਗਏ ਸੀ। ਉੱਥੋਂ ਫਿਰ ਉਹਨਾਂ ਨੇ ਦੱਸਤਾ ਕਿਸੇ ਨੇ ਭਾਈ ਉਹ ਵੀ ਚੀਜ਼ ਦੇਖਣ ਲਈ ਆਏ, ਤੌਂਬ ਜਾ ਕੇ ਦੇਖ ਆਓ। ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂਗੇ ਉਸਤਾਦ ਦਾ ਬਣਾਇਆ ਹੋਇਆ ਤੌਂਬ। ਅਤੇ ਜੋ ਸਾਹਮਣੇ ਉਹ ਵੜਦੇ ਹਾਂਗੇ ਆ ਗੇਟ ਦੇ ਵਿੱਚ, ਜਿਹੜੇ ਆਹ ਉੱਪਰ ਡਿਜ਼ਾਇਨ ਪਏ ਹੋਏ ਆ, ਪਤਾ ਨਹੀਂ ਤਾਂ ਹੁਣ ਇਹ ਉਦੋਂ ਬਣਾ ਕੇ ਚਪਕਾਉਂਦੇ ਸੀ ਤਾਂ ਡਿਜ਼ਾਇਨ, ਜਾਂ ਤਾਂ ਬਣਾ ਕੇ ਇੱਕ ਵਾਰ ਜਿਵੇਂ ਚੂਨ ਦਾ ਪਲਸਤਰ ਕਰਕੇ ਕੋਈ ਫਰਲਾ ਵਗੈਰਾ ਬਣਿਆ ਹੋਇਆ ਸੀ ਉਹਨੂੰ ਚੇਪ ਦਿੰਦੇ ਸੀ ਵੀ ਤਾਂ ਡਿਜ਼ਾਇਨ ਬਣ ਜਾਂਦੇ ਸੀ। ਉਹੀ ਜਾਣਨ ਜਾਂ ਉਹ ਮਾਲਕ ਜਾਣੇ। ਅਤੇ ਪਰ ਜੋ ਗੱਲਬਾਤ ਕੀਤੀ ਹੋਈ ਆ ਉਹ ਬਹੁਤ ਉਤਲੇ ਲੈਵਲ ਦੀ ਆਰਕੀਟੈਕਟ ਉਹ ਜ਼ਮਾਨੇ ਦੀ ਕੀਤੀ ਹੋਈ ਆ। ਜਿਵੇਂ ਆਪਾਂ ਤੁਹਾਨੂੰ ਕੱਲ੍ਹ ਦੱਸਿਆ ਸੀਗਾ ਕਿ ਇਹ ਅਕਬਰ ਦੇ ਬਾਅਦ ਦੇ, ਅਕਬਰ ਦੇ ਨੇੜੇ ਤੇੜੇ ਦੇ ਸੁਣੇ ਜਾਂਦੇ ਵੀ ਉਦੋਂ ਦੇ ਹੀ ਆ ਗਏ। ਅਤੇ ਸੱਯਦ ਖਾਨ ਇਹਨਾਂ ਦਾ ਨਾਮ ਸੀਗਾ ਜੀ, ਆਰਕੀਟੈਕਟ ਹੁੰਦੇ ਸੀ ਇਹ। ਇੱਥੇ ਇਹਨਾਂ ਦੀਆਂ ਜਿਹੜੀਆਂ ਕਬਰਾਂ ਨੇ, ਅਤੇ ਕਿਲ੍ਹੇ ਦੀ ਇਹਨਾਂ ਦੀ ਕਿਲ੍ਹਾ ਕਹਿ ਤਾ ਸੋਰੀ ਮੈਂ, ਅਤੇ ਇਹਨਾਂ ਦੀ ਜਿਹੜੀ ਤੌਂਬ ਆ, ਜਾਣੀ ਕਿ ਜਿਹੜੇ ਇਹ ਮਕਬਰੇ ਆ, ਇਹਨਾਂ ਦੀ ਮਜ਼ਬੂਤੀ ਇੰਨੀਆਂ ਕੰਧਾਂ ਹੀ ਦੇਖ ਲਓ ਯਾਰ ਤੁਸੀਂ, ਅੱਠ ਅੱਠ ਨੌ ਨੌ ਫੁੱਟ ਚੌੜੀਆਂ ਤਾਂ ਕੰਧਾਂ ਨੇ, ਜਮਾਂ ਉਵੇਂ ਦਾ ਉਵੇਂ ਖੜ੍ਹਾ ਇਹ। ਕੋਈ ਇਹਦੇ 'ਚ ਹਲਚੁਲ ਨਹੀਂ, ਪਿੱਛੇ ਵਾਲਾ ਤਾਂ ਥੋੜ੍ਹਾ ਜਿਹਾ ਫਿਰ ਵੀ ਢਹਿ ਢੇਰੀ ਜਿਹਾ ਹੋਇਆ ਸੀ, ਪਰ ਇਹ ਤਾਂ ਬਹੁਤ ਹੀ ਤਕੜੀ ਕੰਡੀਸ਼ਨ ਦੇ ਵਿੱਚ ਖੜ੍ਹਾ ਗਾ ਇੱਥੇ। ਵੀ ਇੱਕ ਵੀ ਇੱਟ ਕੋਈ ਟਾਵੀਂ ਟੱਲੀ ਇੱਕ ਦੋ ਜਗ੍ਹਾ ਤੋਂ ਜਿਵੇਂ ਆ ਮਾੜਾ ਜਿਹਾ ਖੁੰਜਾ ਗਿਆ ਅਈਂ ਆ, ਬਾਕੀ ਕੋਈ ਹਜੇ ਤੱਕ ਉੱਪਰੋਂ ਨਹੀਂ ਹੈਗਾ, ਅਈਂ ਪਿਆ ਕੰਡੀਸ਼ਨ ਦੇ ਵਿੱਚ, ਵਧੀਆ ਕੰਡੀਸ਼ਨ ਦੇ ਵਿੱਚ ਪਿਆ। ਵੀ ਉਸ ਸਮੇਂ ਦੀ ਕਾਰੀਗਰੀ ਚੂਨੇ ਨਾਲ ਬਣਿਆ ਹੋਇਆ, ਵੱਡੀ ਗੱਲ ਇਹ ਆ, ਹੈ ਨਾ। ਕਿੰਨੀਆਂ ਧੁੱਪਾਂ, ਕਿੰਨੇ ਮੀਂਹ, ਕਦੋਂ ਉਹਦਾ ਸਹੀ ਜਾਂਦਾ ਗਾ, ਨਾ ਤਾਂ ਇੱਟ ਖੁਰੀ, ਆਪਣੇ ਤਾਂ ਅੱਜ ਦੀਆਂ ਇੱਟਾਂ ਹੀ ਨਹੀਂ ਬਚਦੀਆਂ। ਆਹ ਦੇਖੋ ਮੀਹਾਂ ਦੇ ਵਿੱਚ ਉੱਤੇ ਜਲਬ ਜ਼ਰੂਰ ਜੰਮੀ ਪਈ ਆ, ਪਰ ਖੜ੍ਹਾ ਉਵੀ ਆ। ਅਤੇ ਆਹ ਡਿਜ਼ਾਇਨ ਦੇਖੋ ਯਾਰ, ਦੇਖਣ ਵਾਲੀ ਚੀਜ਼ ਆ ਇਹ। ਜਦੋਂ ਵੀ ਆਉਂਦੇ ਫਤਿਹਗੜ੍ਹ ਸਾਹਿਬ ਇਹਨਾਂ ਚੀਜ਼ਾਂ 'ਤੇ ਗੇੜਾ ਮਾਰ ਜਾ ਕਰੋ, ਸੋਹਣੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਨੇ, ਫੋਟੋਆਂ ਖਿਚਾ ਜਾ ਕਰੋ, ਨਾਲੇ ਦੇਖ ਜਾ ਕਰੋ। ਚੱਲ ਹਾਂ, ਕਈ ਵਾਰ ਇਹ ਹੁੰਦਾ ਕਿ ਠੀਕ ਹੈ ਚਲੋ ਉਹਨਾਂ ਦੇ ਮਕਬਰੇ ਵਗੈਰਾ ਬਣੇ, ਪਰ ਜਿਹੜੇ ਡਿਜ਼ਾਇਨ ਆ, ਆਰਕੀਟੈਕਟ ਆ, ਉਹ ਦੇਖਣ ਵਾਲੀ ਕਰਾਂ ਮਾਤਾ ਦੇਖਦੇ। ਅਤੇ ਕਿਹਾ ਜਾਂਦਾ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਹਮਲਾ ਕੀਤਾ ਸੀ, ਇਹੀ ਚੀਜ਼ਾਂ ਜਿਹੜੀਆਂ ਸੇਫ ਰਹੀਆਂ ਸੀ, ਕਿਉਂਕਿ ਫਿਰ ਬਾਕੀ ਤਾਂ ਲੜਾਈ ਵਗੈਰਾ ਸੀਗੀ, ਬਾਕੀ ਚੀਜ਼ਾਂ ਦਾ ਨੁਕਸਾਨ ਥੋੜ੍ਹਾ ਬਹੁਤਾ ਪਹੁੰਚਿਆ ਸੀਗਾ। ਅਤੇ ਇਹ ਕਿਹਾ ਕਥਨ ਇੱਕ ਕਈ ਕਿੰਨੀਆਂ ਚੱਲਦਾ ਕਿ ਉਹਨਾਂ ਨੇ ਮਸਜਿਦਾਂ ਨੂੰ ਨੁਕਸਾਨ ਪਹੁੰਚਾਇਆ, ਪਰ ਇਹਦੇ ਨਾਲ ਆਪਾਂ ਐਗਰੀ ਨਹੀਂ ਹੈਗੇ। ਕਿਸੇ ਵੀ ਮਸਜਿਦ ਨੂੰ, ਕਿਸੇ ਵੀ ਮੰਦਰ ਨੂੰ ਨੁਕਸਾਨ ਨਹੀਂ ਸੀ ਪਹੁੰਚਾਇਆ ਗਿਆ, ਕਿਉਂਕਿ ਉਹਨਾਂ ਦਾ ਜਿਹੜਾ ਰਾਜ ਪ੍ਰਬੰਧ ਸੀ ਉਹਦੇ ਵਿੱਚ ਹਰ ਧਰਮ ਨੂੰ ਜਿਹੜਾ ਬਣਦਾ ਬਰਾਬਰ ਦਾ ਸਤਿਕਾਰ ਦਿੱਤਾ ਗਿਆ ਸੀ। ਧਰਮ ਦੇ ਵਿੱਚ ਸਾਰੇ ਬੰਦੇ ਨਹੀਂ ਮਾੜੇ ਹੁੰਦੇ, ਕਿਉਂਕਿ ਆਪਣੇ ਇੱਕ ਧਾਰਨਾ ਚੱਲਦੀ ਹੁੰਦੀ ਹੈਗੀ ਸਿੱਖ ਧਰਮ ਦੇ ਵਿੱਚ, ਵੀ ਕੁਝ ਕੁ ਲੋਕ ਇਹ ਕਹਿ ਦਿੰਦੇ ਹੈਗੇ ਕਿ ਮੁਸਲਮਾਨਾਂ ਨੇ ਕੀਤਾ, ਸਾਰੇ ਮੁਸਲਮਾਨਾਂ ਉਹਦੇ ਵਿੱਚ ਨਾਮ ਲੈ ਲਿੱਤਾ ਜਾਂਦਾ ਗਾ, ਹੈ ਨਾ। ਚਾਹੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ, ਗੁਰੂ ਸਾਹਿਬ 'ਤੇ ਹੋਏ ਹਮਲੇ, ਹੈ ਨਾ, ਅਨੰਦਪੁਰ ਸਾਹਿਬ ਦਾ ਘੇਰਾ, ਅਤੇ ਉਹ ਚੀਜ਼ਾਂ ਸਾਰੇ ਮੁਸਲਮਾਨਾਂ। ਪਰ ਜੇਕਰ ਆਪਾਂ ਇਤਿਹਾਸ ਦੇ ਵਰਕੇ ਫਰੋਲਦੇ ਹਾਂ ਤਾਂ ਆਪਾਂ ਜਿਵੇਂ ਹੁਣ
ਕੁਝ ਕਿਤੇ ਚਲੋ ਆਪਾਂ ਚੰਦ ਦੇ ਨਾਮ ਥੋੜ੍ਹਾ ਦੇ ਨਾਮ ਲਾਉਂਗੇ ਆਪਾਂ ਜ਼ਿਆਦਾਤਰ, ਕਿਉਂਕਿ ਲਿਸਟ ਬਹੁਤ ਲੰਬੀ ਹੋ ਜਾਂਦੀ ਆ ਹੈ ਨਾ, ਅਤੇ ਚਾਹੇ ਆਪਾਂ ਗਨੀ ਖਾਨ ਨਬੀ ਖਾਨ ਦੀ ਗੱਲ ਕਰੀਏ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਕਿਰਦਾਰ ਹੈਗੇ ਉਹ ਆ ਜਾਂਦੇ ਹੈਗੇ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਆ, ਅਤੇ ਭਾਵੇਂ ਉਹ ਰਾਏ ਕੱਲਾ ਜੀ ਸੀਗੇ ਹੈ ਨਾ, ਅਤੇ ਉੱਦਾਂ ਇਹ ਆ ਕਿ ਵੀ ਗੁਰੂ ਘਰ ਦੇ ਜਿਹੜੇ ਸਿੱਖ ਆ ਸ਼ਰਧਾਲੂ ਆ ਉਹ ਵੀ ਰਹੇ ਸੀ, ਚਾਹੇ ਉਹਨਾਂ ਨੇ ਆਪਣਾ ਧਰਮ ਨਹੀਂ ਸੀ ਬਦਲਿਆ ਪਰ ਸ਼ਰਧਾਲੂ ਹੋ ਰਹੇ ਸੀ, ਗੁਰੂ ਸਾਹਿਬ ਪ੍ਰਤੀ ਪਿਆਰ ਸੀ, ਸੋ ਇਸ ਕਰਕੇ ਸਾਰੇ ਹੀ ਜਿਹੜੇ ਮਾੜੇ ਨਹੀਂ ਹੁੰਦੇ। ਹਾਂ ਇੱਕ ਜਿਹੜਾ ਸ਼ਾਸਕ ਸੀ ਉਹ ਜਿਹੜੀ ਕੁਰਸੀ ਸੀ ਉਹ ਕੁਰਸੀ ਇੱਦਾਂ ਦੀ ਸੀ ਦਿੱਲੀ ਤਖ਼ਤ ਦੀ ਜਦੋਂ ਮੁਗਲ ਕਾਲ ਚੱਲ ਰਿਹਾ ਸੀਗਾ, ਮੁਗਲ ਰਾਜ ਚੱਲ ਰਿਹਾ ਸੀਗਾ, ਕਿ ਉਹ ਜਿਹੜਾ ਆਟੋਮੈਟਿਕ ਹੰਕਾਰ ਹੀ ਜਾਂਦਾ ਸੀ ਬੰਦਾ ਬੈਠਾ ਉੱਤੇ, ਸੋ ਵੀ ਸਾਰੇ ਨਹੀਂ ਸੀ ਮਾੜੇ ਹੈਗੇ, ਠੀਕ ਸੀ ਕੁਛ ਬੰਦੇ ਵਧੀਆ ਸੀਗੇ ਅਤੇ ਆਮ ਇਨਸਾਨ ਸੀ ਵੱਡੀ ਗੱਲ ਇਹ ਸੀਗੀ। ਸੋ ਚਲੋ ਇਸ ਨੂੰ ਮਕਬਰਾ ਦਿਖਾ ਰਿਹਾ ਸੀ, ਇਹ ਹੁਣ ਆਪਾਂ ਆ ਗਏ ਉੱਪਰ, ਉੱਪਰ ਚੱਲ ਕੇ ਵੀ ਐਂ ਦੋ ਜਗ੍ਹਾ ਇਹਦੇ ਵਿੱਚ ਖੜਨ ਨੂੰ ਬਣਾਇਆ ਹੋਇਆ, ਜਿਹੜਾ ਉਹ ਚੇਲੇ ਵਾਲਾ ਸੀਗਾ ਸ਼ਗਿਰਦ ਦਾ ਸੀ ਉਹਦੇ ਜਗ੍ਹਾ ਨਹੀਂ ਸੀਗੀ ਉੱਪਰ, ਬਸ ਇਕੱਲੀ ਤੁਸੀਂ ਜਿਹੜੀਆਂ ਸਾਈਡ 'ਤੇ ਟਾਕੀਆਂ ਜਿਹੜੇ ਚਾਰ ਚਾਰੇ ਖੂੰਜਾਂ 'ਚ ਉੱਥੇ ਤੱਕ ਜਾ ਸਕਦੇ ਹੋ, ਅਤੇ ਇਹ ਆ ਗਿਆ ਉਹ ਜਿਹੜਾ ਤੌਂਬ ਦੂਰੋਂ ਆਪਾਂ ਨੂੰ ਗੁੰਮਟ ਜਿਹਾ ਬਣਿਆ ਵੱਡਾ ਦੀਂਦਾ ਹੁੰਦਾ, ਜਿਹੜੇ ਦੋ ਰਾਹ ਨੇ ਉਹਨਾਂ ਨੂੰ ਇੱਕ ਰਾਹ ਹੈਗਾ, ਇੱਕ ਰਾਹ 'ਤੇ ਆਪਾਂ ਆਇਆ ਅਤੇ ਇਹਦੇ ਅੰਦਰ ਦੇਖੀਏ, ਇਹਦੇ ਅੰਦਰ ਵੀ ਲੰਘਣ ਨੂੰ ਥਾਂ ਰੱਖੀ ਹੋਈ ਹੈਗੀ, ਦੋ ਬਣੇ ਹੋਏ ਆ ਬਾਈ ਇਹ, ਉਹ ਜਿਹੜਾ ਥੱਲੋਂ ਆਪਾਂ ਦੇਖਦੇ ਸੀ ਉਹ, ਅਤੇ ਉਹਦੇ ਉੱਪਰ ਉਹਦੀ ਹੋਰ ਪ੍ਰੋਟੈਕਸ਼ਨ ਲਈ ਇਹ ਅਲੱਗ ਤੋਂ ਬਣਾਇਆ ਹੋਇਆ, ਉੱਪਰ ਦੋ ਨੇ ਇਹ, ਇੱਕ ਨਹੀਂ ਸਿੰਗਲ ਲੇਅਰ ਦਾ ਨਹੀਂ ਹੈਗਾ, ਡਬਲ ਲੇਅਰ ਦਾ ਹੈਗਾ, ਵਿੱਚ ਬੜਿਆ ਤਾਂ ਜਾਂਦਾ ਸੀ ਪਰ ਆਪਾਂ ਬੜਾਂਗੇ ਨਹੀਂ, ਕੋਈ ਪਤਾ ਨਹੀਂ ਹੁੰਦਾ ਹੈ ਨਾ, ਨਾਗ ਨੂਗ ਸੱਪ ਸੱਪ ਸੁੱਪ ਬੈਠਾ ਹੋਵੇ ਸੱਪ ਸਲੂੰਡੀ ਕੋਈ ਐਵੇਂ ਖਾਂ ਖਾਂ, ਅਤੇ ਇਹਦੇ ਆਹ ਚਾਰੇ ਪਚਾਰੇ ਖੂੰਜਿਆਂ 'ਤੇ ਇੱਦਾਂ ਬਣੇ ਹੋਏ ਸੀਗੇ, ਅਤੇ ਇੱਕ ਖੂੰਜੇ ਤੋਂ ਢਹਿ ਗਿਆ ਪਿੱਛੇ ਜਿਹੜਾ, ਇਹ ਐਂ ਦੂਰੋਂ ਦੇਖਣ ਨੂੰ ਲੱਗਦਾ ਨੇੜਿਓਂ ਆ ਕੇ, ਖੈਰ ਕਾਰੀਗਰੀ ਵਧੀਆ ਹੈਗੀ ਇਹਨਾਂ ਦੇ, ਪਰ ਇਹ ਹੁੰਦਾ ਸੀ ਨਾ ਕਿਉਂਕਿ ਉਸ ਸਮੇਂ ਦੇ ਵਿੱਚ ਫਿਰ ਜਿਹੜੇ ਮਜ਼ਦੂਰ ਹੁੰਦੇ ਸੀ ਕਾਰੀਗਰ ਹੁੰਦੇ ਸੀ ਉਹ ਵੀ ਇਸੇ ਕੰਮਾਂ ਨੂੰ ਰੱਖੇ ਹੁੰਦੇ ਸੀ, ਇਹਨਾਂ ਨੇ ਪੱਕੇ ਲੱਗੇ ਰਹਿੰਦੇ ਸੀ, ਨਾ ਆਕਦੇ ਸੀ ਨਾ ਥੱਕਦੇ ਸੀ, ਰੋਟੀ ਦੇ ਮਸਲਾ ਸੀ ਗੱਲਾਂ, ਅੱਜ ਤਾਂ ਚਲੋ ਪੈਸੇ ਦੀ ਭੱਜ ਦੌੜ ਆ ਗਈ, ਵੀ ਇਹ ਸੋਹਣੀ ਆਰਕੀਟੈਕਟ ਬਣਾਈ ਹੋਈ ਸੀ ਚੀਜ਼ਾਂ ਨੇ, ਆਰਕੀਟੈਕਟ ਸੀ ਖੁਦ, ਬਹੁਤ ਵੱਡਾ ਆਰਕੀਟੈਕਟ ਮੰਨਿਆ ਜਾਂਦਾ, ਅਤੇ ਇੱਥੋਂ ਦੀਵਾਨ ਟੋਡਰਮੱਲ ਜੀ ਦੀ ਹਵੇਲੀ ਵੀ ਦੀਦੀ ਹੈਗੀ ਆਪਾਂ ਨੂੰ, ਉਹ ਸਾਹਮਣੇ ਜੇਕਰ ਤੁਹਾਨੂੰ ਨਿਗਾਹ ਵਾਜਰੀ ਹੋਵੇ ਉਹ ਦੇਖੋ, ਇੱਥੋਂ ਦੀਵਾਨ ਕਿਉਂਕਿ ਨੇੜੇ ਆ ਇਹ, ਬਹੁਤੀ ਉੱਥੋਂ ਦੂਰ ਨਹੀਂ ਹੈਗੀ, ਬਸ ਇਹ ਵੀ ਸਿੱਧਾ ਰਸਤਾ ਨਹੀਂ ਹੁੰਦਾ, ਜੇ ਤੁਸੀਂ ਤੁਰ ਕੇ ਆਉਣਾ ਤਾਂ ਵੱਟੇ ਵੱਟ ਆ ਕੇ 10-12 ਕਿੱਲਿਆਂ ਦੀ ਵਾਹੀ ਹੋਣੀ ਆ ਵਿਚਾਲੇ, ਅਤੇ ਸਿੱਧਾ ਹੀ ਰਾਹ ਗਾ, ਪਰ ਜੇ ਤੁਸੀਂ ਆਉਣਾ ਗੱਡੀ ਮੋਟਰਸਾਈਕਲ 'ਤੇ ਫਿਰ ਤੁਹਾਨੂੰ ਥੋੜ੍ਹਾ ਜਿਹਾ ਘੁੰਮ ਕੇ ਆਉਣਾ ਪੈਂਦਾ, ਅਤੇ ਇੱਥੋਂ ਫਿਰ ਆ ਜਾਓ ਆਪਾਂ ਸ਼ਗਿਰਦ ਵਾਲਾ ਵੀ ਦੇਖ ਲਈਏ, ਵਿਊ ਬਹੁਤ ਸੋਹਣਾ ਆ ਰਿਹਾ, ਚੌਲ ਉਰਲੇ ਪੱਕ ਗਏ ਪਰਲੇ ਹਜੇ ਹਰੇ ਆ, ਅਤੇ ਉਹ ਦੇਖੋ ਵਿਊ, ਆਹ ਦੂਜੇ ਪਾਸੇ ਦੋ ਨੰਘੇ ਰੱਖੇ ਹੋਏ ਇਹਦੇ, ਸ਼ਾਇਦ ਰਿਪੇਅਰ ਵਗੈਰਾ ਕਰਨ ਨੂੰ ਰੱਖੇ ਹੋਣ ਇਹਨਾਂ ਨੇ ਹੈ ਨਾ, ਵੀ ਜੇ ਕਈ ਵਾਰ ਅੰਦਰ ਰਿਪੇਅਰ ਕਰਨੀ ਹੋਈ, ਅਤੇ ਇਹ ਆ ਗਈ ਪਲਸਤਰ ਵਾਂਗੂ ਹੈ ਨਾ ਚੂਨੇ ਦਾ ਕੀਤਾ ਹੋਇਆ, ਵਿੱਚ ਬਹੁਤ ਚੀਜ਼ਾਂ ਬਣਾਈਆਂ ਹੋਈਆਂ ਨੇ, ਉਵੇਂ ਖੜ੍ਹਾ ਹੈ ਯਾਰ, ਹਜੇ ਤੱਕ ਕੁਝ ਵੀ ਐਂ ਨਹੀਂ ਹੈਗਾ, ਢਾਹ ਢੇਰੀ ਹੋ ਗਏ, ਛੱਤ ਤੋਂ ਪਾਪੜ ਲੈ ਗਏ ਹੋਣ ਜਾਂ ਛੱਤ ਤੋਂ ਇੱਟਾਂ ਨਿਕਲ ਲੱਗ ਗਿਆ ਹੋਣ, ਇੱਟਾਂ ਨਾਲ ਗੋਲ ਗੋਲ ਚੱਕਰ ਵਾਹ ਕੇ ਉੱਤੇ ਚੂਨਾ ਲਾ ਕੇ ਬਣਾਇਆ ਹੋਇਆ, ਅਤੇ ਹਜੇ ਵੀ ਉਵੇਂ ਦਾ ਉਵੇਂ ਖੜ੍ਹਾ, ਕਮਾਲ ਆ ਵੀ ਅੱਜ ਦੀ ਆਪਣੇ ਤਾਂ ਮਿਆਦ ਕਿੰਨੀ ਕੁ ਆ, 100 ਸਾਲ ਦੀ ਕਹਿੰਦੇ, 100 ਸਾਲ ਤਾਂ ਘੱਟਦਾ ਵੀ ਨਹੀਂ, ਘੱਟੋ ਘੱਟ ਬਸ 40-50 ਸਾਲ ਆਪਣੇ ਤਾਂ, ਜੇ ਅੱਜ ਹੁਣ ਬਨੇਰਾ ਲਾਉਂਦਾ ਮਿਸਤਰੀ ਬਾਅਦ 'ਚ 13 ਪਹਿਲਾਂ ਛੱਡ ਜਾਂਦਾ ਬਨੇਰਾ, ਇਹਨਾਂ ਦੇ ਦੇਖ ਲਓ ਯਾਰ ਉਵੇਂ ਖੜ੍ਹੇ ਆ ਸਾਰਾ ਕੁਛ, ਆਹ ਦੇਖ ਲਓ ਅੰਦਰੋਂ ਲੱਗਦਾ ਵੀ ਇਹ ਉਹ ਟਾਈਮ ਦਾ, ਐਂ ਲੱਗਦਾ ਜਿਵੇਂ ਅੱਜ ਆਪਣੇ ਛੋਟੇ ਇੱਟਾਂ ਦੀ ਕਿਸੇ ਨੇ ਹੁਣ ਥੋੜ੍ਹਾ ਟਾਈਮ ਪਹਿਲੇ ਬਣਾਈ ਹੋਵੇ, ਬਸ ਸਫਾਈ ਨਾ ਹੋਈ ਹੋਵੇ। ਵੀਡੀਓ ਆਪਾਂ ਮੈਂ ਬਣਾ ਰਿਹਾ ਹਾਂ ਫੋਨ ਦੇ ਵਿੱਚ ਹੀ, ਅਤੇ ਫੋਨ ਦੇ ਵਿੱਚ ਥੋੜ੍ਹੀ ਜਿਹੀ ਸਟੇਬਲਾਈਜੇਸ਼ਨ ਦਾ ਇਸ਼ੂ ਆ ਜਾਂਦਾ, ਸਟੇਬਲਾਈਜੇਸ਼ਨ ਮਤਲਬ ਹਿਲਦੀ ਜਿਹੀ ਰਹਿੰਦੀ ਹੈ ਵੀਡੀਓ, ਕੈਮਰੇ ਦੇ ਵਿੱਚ ਵਾਈਡ ਐਂਗਲ ਸੀ ਥੋੜ੍ਹਾ ਜਿਹਾ ਅਤੇ ਦੂਰੋਂ ਵਾਲੀ ਚੱਕਦਾ ਸੀ, ਇਹ ਥੱਲੇ ਜਦੋਂ ਆਪਾਂ ਆਉਂਦੇ ਹੈਗੇ ਹੈ ਨਾ ਵਿਚਾਲੇ ਜੀ, ਇੱਕ ਮਦਦ ਮਾਧਿਅ 'ਚ ਇੱਕ ਪੌੜੀ ਉੱਤਰਦੇ ਵੀ ਜਿਹੜੀ ਸਾਈਡ 'ਤੇ ਟਾਕੀਆਂ ਜਿਹੀਆਂ ਦਿੰਦੀਆਂ ਸੀ ਆਪਾਂ ਨੂੰ ਦੂਰੋਂ ਬਾਰੀਆਂ ਜਿਹੀਆਂ ਰੱਖੀਆਂ ਹੋਈਆਂ, ਉਹਦੇ ਵਿੱਚ ਦੀ ਵੀ ਚਾਰੇ ਪਾਸੇ ਦੇਖਣ ਨੂੰ ਇਹਨੇ ਰੱਖੀ ਹੋਈ ਸੀ ਥਾਂ, ਵੀ ਜਿਹੜਾ ਉਸਤਾਦ ਨੇ ਬਣਾਇਆ ਇਹ ਖੁੱਲ੍ਹਾ ਡੁੱਲਾ ਬਹੁਤ ਜ਼ਿਆਦਾ ਗਾ, ਉਹਦੇ ਉੱਪਰ ਨਾ ਤਾਂ ਚੜ੍ਹਨ ਨੂੰ ਥਾਂ ਸੀ ਨਾ ਤਾਂ ਗੁੰਬਦੀ ਕੋਲ ਸੀਗਾ, ਪੌੜੀਆਂ ਹੁਣ ਵਿੱਚੋਂ ਵਿੱਚੋਂ ਹਿਲਦੀਆਂ ਨੇ, ਸੇ ਜੇ ਆਉਂਦੇ ਹੋ ਤਾਂ ਪੌੜੀਆਂ ਧਿਆਨ ਨਾਲ ਚੜ੍ਹਿਓ ਹੈ ਨਾ, ਹਿਲਦੀਆਂ ਨੇ ਵਿੱਚ, ਇੱਟਾਂ ਜਿਹੀਆਂ ਨਿਕਲ ਜਾਂਦੀਆਂ ਨੇ ਹੈ ਨਾ, ਟਾਈਮ ਪੈ ਕੇ ਚਲੋ ਇਹ ਤਾਂ ਪੌੜੀਆਂ ਨੇ, ਪੌੜੀਆਂ 'ਚੋਂ ਕੋਰਨਰ ਤੋਂ ਨਿਕਲ ਜਾਂਦੀ ਹੈ ਇੱਟ, ਅਤੇ ਕੀ ਕਹਿ ਰਿਹਾ ਸੀਗਾ, ਹਾਂ ਮੈਂ ਇਹੀ ਕਹਿ ਰਿਹਾ ਸੀ ਵੀ ਆਇਆ ਕਰੋ ਇੱਥੇ, ਸੋਹਣੀਆਂ ਜਗ੍ਹਾਵਾਂ ਨੇ, ਵਧੀਆ ਗੱਲਬਾਤ ਆ, ਅਤੇ ਹੁਣ ਆਪਾਂ ਇੱਥੋਂ ਚੱਲਦੇ ਹਾਂਗੇ, ਇੱਥੋਂ ਆਪਾਂ ਪਾਉਂਦੇ ਹਾਂ ਚਾਲੇ, ਅਤੇ ਇੱਧਰੋਂ ਸਾਹਮਣੇ ਰਾਹ ਹੈਗਾ ਇਹ ਆਇਆ ਸੀ ਮੋਟਰ 'ਤੇ, ਬਾਈਆਂ ਧੰਨਵਾਦ ਕਰਦੇ ਜਿਨ੍ਹਾਂ ਨੇ ਰੋਕਿਆ ਨਹੀਂਗਾ ਆਉਣ ਨੂੰ,
ਤੇ ਬਾਟ ਫਾਰਮ ਆ ਇਹ। ਧੰਨਵਾਦ ਹੈ ਇਹਨਾਂ ਦਾ, ਹੈ ਨਾ, ਵੀ ਆਪਾਂ ਨੂੰ ਆਉਣ ਦਿੱਤਾ, ਰੋਕਿਆ ਟੋਕਿਆ ਨਹੀਂ। ਅਗਲਾ ਕਹਿੰਦਾ ਨਹੀਂ ਤਾਂ ਬਈ ਮੇਰਾ ਨੰਗਾ, ਮੇਰੀ ਮੋਟਰ ਆ, ਕੋਈ ਐਂ ਨਹੀਂ ਆਉਣ ਦਿੰਦਾ, ਵੀ ਪਤਾ ਨਹੀਂ ਕਿੰਨੇ ਕਾਈ ਜਾਣਗੇ, ਪਰ ਬਾਈ ਰੋਕਦਾ ਨਹੀਂ ਗਾ। ਸਾਡੇ ਨੂੰ ਪਹਿਲਾਂ ਵੀ ਆਏ ਹੋਏ ਸੀ ਦੋ ਜਾਣੇ ਦੇਖਣ, ਬਾਕੀ ਵੀ ਆਏ ਹੋਏ ਆ, ਅਤੇ ਇਹ ਨੰਗਾ ਦੋਨੇ ਪਾਸੇ ਦੀ, ਸਾਹਮਣੇ ਦੀ ਇੱਧਰ ਦੀ ਅਤੇ ਆਹ ਸਾਹਮਣੇ ਇੱਧਰ ਲੈ ਜਾਂਦੀ ਆ ਗੁਫਾ, ਜਿਹੜੀ ਸਿੱਧੀ ਜਾ ਕੇ ਸਰਹੰਦ ਮਸਜਿਦ ਦੇ ਵਿੱਚ ਨਿਕਲਦੀ ਹੁੰਦੀ ਸੀਗੀ, ਅਤੇ ਹੁਣ ਤਾਂ ਬੰਦ ਕਰ ਦਿੱਤੀ ਗਈ ਹੈ। ਚਲੋ, ਸੋ ਇਹ ਆਪਣੀ ਅੱਜ ਦੀ ਤੁਹਾਡੇ ਸਨਮੁਖ ਵੀਡੀਓ ਸੀ, ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣੀ ਅਖੀਰੀ ਵੀਡੀਓ ਆ ਹੁਣ ਦਿਓ ਆਗਿਆ। ਸਤਿ ਸ਼੍ਰੀ ਅਕਾਲ ਜੀ।